ਗੱਲ ਕਰਾਂਗੇ ਗੁਰਦਾਸਪੁਰ ਦੇ ਪਿੰਡ ਚਾਹਲ ਖੁਰਦ ਦੀ, ਜਿੱਥੇ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਮਿਸਾਲ ਕਾਇਮ ਕਰਦਿਆਂ ਪਿੰਡ ਦੇ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨੂੰ ਸਰਪੰਚੀ ਦੀ ਜ਼ਿੰਮੇਵਾਰੀ ਦਿੱਤੀ ਗਈ। ਹਲਕਾ ਸ਼੍ਰੀ ਹਰਗੋਬਿੰਦਪੁਰ ਦੇ MLA ਬਲਵਿੰਦਰ ਸਿੰਘ ਲਾਡੀ ਨੇ ਕਿਹਾ ਹੈ ਕਿ ਸ਼ਹੀਦ ਨੂੰ ਸਨਮਾਨ ਦੇਣ ਦੇ ਲਈ ਇਹ ਕਾਰਜ ਕੀਤਾ ਗਿਆ ਹੈ, ਕਿਉਂਕਿ ਸ਼ਹੀਦ ਸਾਡਾ ਸਰਮਾਇਆ ਹੁੰਦੇ ਨੇ ਅਤੇ ਪਿੰਡ ਵਾਸੀਆਂ ਨੇ ਸਰਬਸੰਮਤੀ ਦੇ ਨਾਲ ਸ਼ਹੀਦ ਦੇ ਪਰਿਵਾਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਉਮੀਦਵਾਰਾਂ ਦੇ ਵੱਲੋਂ ਪ੍ਰਚਾਰ ਲਗਾਤਾਰ ਜਾਰੀ ਹੈ, ਕਈ ਪਿੰਡ ਅਜਿਹੇ ਵੀ ਨੇ ਜਿੱਥੇ ਸਰਬਸੰਮਤੀ ਦੇ ਨਾਲ ਪੰਚਾਂ ਸਰਪੰਚਾਂ ਦੀ ਚੋਣ ਕੀਤੀ ਜਾ ਰਹੀ ਹੈ। ਗੁਰਦਾਸਪੁਰ ਦੇ ਪਿੰਡ ਚਾਹਲ ਖੁਰਦ ਦੀ ਕੀਤੀ ਜਾਵੇ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਮਿਸਾਲ ਇਸ ਪਿੰਡ ਦੇ ਵਿੱਚ ਵੇਖਣ ਨੂੰ ਮਿਲੀ ਹੈ। ਪਿੰਡ ਵਾਲਿਆਂ ਨੇ ਸਰਬਸੰਮਤੀ ਦੇ ਨਾਲ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨੂੰ ਸਰਪੰਚੀ ਦੇ ਦਿੱਤੀ ਹੈ। ਹਲਕਾ ਸ਼੍ਰੀ ਹਰਗੋਬਿੰਦਪੁਰ ਦੇ MLA ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਸ਼ਹੀਦ ਨੂੰ ਸਨਮਾਨ ਦੇਣ ਦੇ ਲਈ ਇਹ ਕਾਰਜ ਕੀਤਾ ਗਿਆ ਹੈ, ਕਿਉਂਕਿ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹੁੰਦੇ ਨੇ ਅਤੇ ਇਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਸਾਡਾ ਫਰਜ਼ ਹੈ। ਪਰਿਵਾਰ ਨੂੰ ਅਸੀਂ ਸਰਬਸੰਮਤੀ ਨਾਲ ਸਾਰੇ ਕਿਸੇ ਕੋਈ ਕਿੰਤੂ ਪ੍ਰਿੰਤੂ ਨਹੀਂ ਹੋਇਆ ਔਰ ਇਸ ਪਰਿਵਾਰ ਨੂੰ ਭੈਣ ਜੀ ਗਿਆਨ ਕੌਰ ਨੂੰ ਅਸੀਂ ਸਰਬਸੰਮਤੀ ਨਾਲ ਸਰਪੰਚ ਬਣਾਇਆ। ਮੈਂ ਸਾਰੇ ਆਪਣੇ ਜਿੱਥੇ ਹਲਕਾ ਜਿਹੜੇ ਇੰਚਾਰਜ ਨੇ ਜਾਂ ਹਲਕੇ ਦੇ ਵਿਧਾਇਕ ਨੇ MLA ਸਾਹਿਬਾਨ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿੱਥੇ ਸ਼ਹੀਦ ਹੋਏ ਨੇ ਸਾਡੇ, ਕਿਉਂਕਿ ਸ਼ਹੀਦ ਬਹੁਤ ਦੇਸ਼ ਦਾ ਸਰਮਾਇਆ ਨੇ, ਇਹਨਾਂ ਨੂੰ ਸੰਭਾਲਣ ਦੇ, ਇਹਨਾਂ ਦੇ ਪਰਿਵਾਰਾਂ ਨੂੰ ਸਨਮਾਨ ਦੇਣ ਦੀ ਬਹੁਤ ਲੋੜ ਹੈ, ਕਿਉਂਕਿ ਪਿੱਛੇ ਜਦੋਂ ਹਮੇਸ਼ਾ ਕਿਤੇ ਜਾਂਦੇ ਹਾਂ ਅਤੇ ਇਹ ਸੁਣਨ ਨੂੰ ਮਿਲਦਾ ਕਿ ਸ਼ਹੀਦਾਂ ਨੂੰ ਪੁੱਛਿਆ ਨਹੀਂ ਜਾਂਦਾ। ਮੈਂ ਲਗਭਗ 5-6 ਵਾਰ ਆਪ ਖੁਦ ਇਸ ਪਰਿਵਾਰ ਦੇ ਨਾਲ ਆ ਕੇ ਘਰ ਦੁੱਖ ਵੀ ਸਾਂਝਾ ਕੀਤਾ, ਭੋਗਤੇ ਵੀ ਪਿੱਛੇ ਜੇ ਆਏ ਸੀ ਥੋੜ੍ਹੇ ਦਿਨ ਪਹਿਲਾਂ ਜਿਹਦਿਨ ਇਲੈਕਸ਼ਨ ਅਨਾਊਂਸ ਹੋਈ ਆ, ਫਿਰ ਵੀ ਆਪਾਂ ਇਹਨਾਂ ਦੇ ਘਰ ਆਏ ਸੀ, ਅੱਜ ਵੀ ਹੋ ਕੇ ਆਇਆ ਔਰ ਸ਼ਹੀਦ ਜਿਹੜਾ ਇਹ ਸਦਾ ਸਾਡੇ ਦਿਲ 'ਚ ਰਹਿਣੇ ਨੇ, ਕਿਉਂਕਿ ਇਹਨਾਂ ਦੀ ਖਾਤਰ ਹੀ ਅਸੀਂ ਅੱਜ ਜਿਹੜੇ ਆ ਸੁੱਖ ਸ਼ਾਂਤੀ ਮਾਣ ਰਹੇ ਹਾਂ। ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਵੀ ਪੂਰੇ ਪਿੰਡ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਿੰਡ ਦੇ ਵਿਕਾਸ ਦੇ ਲਈ ਪੂਰਾ ਪਰਿਵਾਰ ਸਹਿਯੋਗ ਦੇਵੇਗਾ ਅਤੇ ਪਿੰਡ ਵਾਲਿਆਂ ਦੇ ਨਾਲ ਕਦਮ ਦੇ ਨਾਲ ਕਦਮ ਮਿਲਾ ਕੇ ਪਿੰਡ ਦੀ ਨੁਹਾਰ ਨੂੰ ਬਦਲਿਆ ਜਾਏਗਾ। ਵੀ ਇਹਨਾਂ ਸਾਰੇ ਪਿੰਡ ਨੇ ਮਿਲ ਕੇ ਬੜੇ ਪਿਆਰ ਨਾਲ ਬੜੀ ਇੱਜ਼ਤ ਦਿੱਤੀ ਅਤੇ ਚੁਣਿਆ ਇਹਨਾਂ ਕਿ ਹੁਣ